ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਅੱਜ ਦਿਨ ਅਸੀਂ ਤੁਹਾਨੂੰ ਟੈਟ ਬੇਸ ਵੀਡੀਓ ਦਿਨੇ ਆ ਗਵਰਨਮੈਂਟ ਜੋਬ ਦੇ ਰਿਲੇਟਡ ਵੀਡੀਓ ਦਿਨੇ ਆ ਜਾਂ ਕੋਈ ਵੀ ਹੋਰ ਸਰਕਾਰ ਦੀ ਆਫੀਸ਼ਲ ਸਾਈਟ ਤੇ ਕੋਈ ਵੀ ਨਿਊਜ਼ ਆਵੇ ਉਹ ਵੀ ਅਸੀਂ ਜਰੂਰ ਵੀਡੀਓ ਦਿਨੇ ਆ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਪੰਜਾਬ ਦੀ ਰਿਕੁਆਇਰਮੈਂਟ ਹੈ ਸੀਓ ਐਸਵਾਈਐਨ ਲਿਮਟਿਡ ਰਿਕੁਆਇਰਮੈਂਟ 2018 ਫੋਰ ਪੰਜਾਬ 1034 ਜਿਹੜੀਆਂ ਪੋਸਟਾਂ ਐ ਡੀਈਓ ਜੂਨਲ ਮੈਨੇਜਰ ਬਿਲਿੰਗ ਅਸਿਸਟੈਂਟ ਤੇ ਕਈ ਹੋਰ ਵੀ ਹੈਗੀਆਂ ਇਹ ਹੈਗੀਆਂ ਪੰਜਾਬ ਸੀਓਐਸＹਐਨ ਲਿਮਟਿਡ ਰਿਕੁਆਇਰਮੈਂਟ 2018 ਹੁਣ ਮੈਂ ਤੁਹਾਨੂੰ ਦੱਸਦਾ ਐ ਵੀ ਇਹਦੀ ਸਟਾਰਟਿੰਗ ਡੇਟ ਐ 3 ਮਈ ਤੇ ਲਾਸਟ ਡੇਟ ਐ ਇਹਦੀ 10 ਮਈ ਤੇ ਹੁਣ ਮੈਂ ਤੁਹਾਨੂੰ ਦੱਸਦਾ ਐ ਵੀ 1034 ਟੋਟਲ ਵੈਕੈਂਸੀਆਂ ਐ ਤੇ ਇਹਦੇ ਵਿੱਚ ਅਲੱਗ-ਅਲੱਗ ਹੈ ਉਹ ਵੀ ਮੈਂ ਤੁਹਾਨੂੰ ਪੂਰੀਆਂ ਦੱਸਦਾ ਐ ਵੀ ਕਿਹੜੀਆਂ ਐ ਸਪੋਰਟ ਬਿਲਿੰਗ ਅਸਿਸਟੈਂਟ ਦੀਆਂ 900 ਵੈਕੈਂਸੀਜ਼ ਆ ਡਾਟਾ ਐਂਟਰੀ ਆਪਰੇਟਰ ਦੀਆਂ 122 ਐ ਐਚ ਆਰ ਤੇ ਅਕਾਊਂਟਸ ਐਗਜ਼ੀਕਿਊਟਿਵ ਦੀਆਂ 4 ਆ ਇਲੈਕਟ੍ਰੋਨਿਕ ਹਾਰਡਵੇਅਰ ਮੇਨਟੇਨੈਂਸ ਦੀਆਂ ਵੀ 4 ਆ ਜਰਨਲ ਮੈਨੇਜਰ ਦੀਆਂ ਵੀ 4 ਆ ਟੋਟਲ ਹੈ 1034 ਤੇ ਪੰਜਾਬ ਗਵਰਨਮੈਂਟ ਦੇ ਅੰਡਰ ਹੈ ਸਾਰੀ ਜੋਬ ਜੋਬ ਦਾ ਜਿਹੜਾ ਲੋਕੇਸ਼ਨ ਹੋ ਅਲੱਗ-ਅਲੱਗ ਸ਼ਹਿਰਾਂ ਚ ਹੈ ਉਹਦੇ ਵਿੱਚ ਹੈਗੇ ਆ ਬਠਿੰਡਾ ਬਰਨਾਲਾ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਲੁਧਿਆਣਾ ਮੋਹਾਲੀ ਮੋਗਾ ਪਟਿਆਲਾ ਰੂਪਨਗਰ ਸੰਗਰੂਰ ਤੇ ਸ਼੍ਰੀ ਮੁਕਤਸਰ ਸਾਹਿਬ ਇਹ ਸਾਰੀਆਂ ਹਨ ਉਹਨਾਂ ਨੇ ਕੁਆਲੀਫਿਕੇਸ਼ਨ ਮੰਗੀ ਹੈ ਉਹ ਹੈਗੀ ਹੈ სპੋਰਟਿੰਗ ਬਿਲਿੰਗ ਅਸਿਸਟੈਂਟ ਦੇ ਲਈ ਆਈਟੀਆ ਇਲੈਕਟ੍ਰੀਕਲ ਵਿਦ ਤਨਸ ਪਲੱਸ 2 ਤੇ 1 ਸਾਲ ਦਾ ਐਕਸਪੀਰੀਅੰਸ ਤੇ ਡੀਈਓ ਸਮ ਸੁਪਰਵਾਈਜ਼ਰ ਦੇ ਲਈ BCA ਤੇ ਮਿਨਿਮਮ 1 ਸਾਲ ਦਾ ਫੀਲਡ ਆਪਰੇਟ ਆਪਰੇਸ਼ਨ ਵੀ ਮੰਗਿਆ ਹੈ। ਗੋ ਐਚਆਰ ਅਕਾਊਂਟਸ ਐਗਜ਼ੀਕਿਊਟਿਵ ਦੇ ਲਈ ਬੀਕਮ ਬੀਏ ਤੇ 1 ਸਾਲ ਦਾ ਐਕਸਪੀਰੀਅੰਸ ਇਨ ਅਕਾਊਂਟਸ ਦੇ ਵਿੱਚ ਮੰਗਿਆ ਹੈ। ਅਗੋਂ ਐਗਜ਼ੀਕਿਊਟਿਵ ਇਲੈਕਟ੍ਰੋਨਿਕ ਹਾਰਡਵੇਅਰ ਮੇਨਟੇਨੈਂਸ ਦੇ ਲਈ ਡਿਗਰੀ ਔਰ ਡਿਪਲੋਮਾ ਪ੍ਰਿਫਰਡ ਇਨ ਇਲੈਕਟ੍ਰੋਨਿਕਸ 1 ਸਾਲ ਦਾ ਐਕਸਪੀਰੀਅੰਸ ਵੀ ਮੰਗਿਆ ਹੈ। ਜਰਨਲ ਮੈਨੇਜਰ ਦੇ ਲਈ ਵੀ ਗ੍ਰੈਜੂਏਸ਼ਨ ਮੰਗੀ ਹੈ 2 ਤੋਂ 3 ਸਾਲ ਦਾ ਫੀਲਡ ਪ੍ਰੋਜੈਕਟ ਦੇ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾ ਤੁਸੀਂ ਅਪਲਾਈ ਕਰ ਸਕਦੇ ਹੋ www.cosyn.in/job ਬਿਫੋਰ 10 ਮਈ 2018 10 ਮਈ ਤੋਂ ਪਹਿਲਾਂ ਪਹਿਲਾਂ ਇਹ ਪੂਰੀ ਸੀ ਜੋਬ ਪੰਜਾਬ ਦੀ COSYN ਲਿਮਟਿਡ ਰਿਕੁਆਇਰਮੈਂਟ 2018 ਫਾਰ ਪੰਜਾਬ 1034 ਪੋਸਟਾਂ ਸੀ ਸਾਡੇ ਨਾਲ ਬਨੇ ਰਹੋ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਤੁਹਾਨੂੰ ਸਵਾਲ ਲੱਗਦਾ ਹੋਵੇ ਕਿਹੋ ਜੀ ਵੀਡੀਓ ਲੱਗੀ ਇਹ ਵੀ ਦੱਸਿਓ ਬਹੁਤ ਬਹੁਤ ਧੰਨਵਾਦ